ਕੀਤਾ 2 10 ਦੇ ਵਿੱਚੋਂ 1 10 2 10 ਦੇ ਵਿੱਚੋਂ 1 10 6 ਦੇ ਆਪਾਂ ਗੁਣਨਖੰਡ ਬਣਾਤੇ 2 3 6 4 ਦੇ ਆਪਾਂ ਗੁਣਨਖੰਡ ਬਣਾਤੇ 2 2 4 दाहੋ ਦਾਹੀ 100 ਇੱਥੇ ਫੇਰ ਦੋ ਬਾਰ ਦੋ ਆ ਗਿਆ ਇੱਕ ਦੋ ਬਾਰ ਆ ਬਚ ਗਿਆ ਕੱਲਾ ਕੱਲਾ 100 ਦੀ ਦੋ ਨਾਲ ਗੁਣਾ ਕੀਤੀ 200 ਅੰਡਰੂਟ 6 ਹੁਣ ਇਹ ਆਪਣੇ ਕੋਲੇ ਆ ਗਿਆ ਇੱਕ ਤਿਕੋਣ ਦਾ ਖੇਤਰਫਲ ਡਾਇਗਰਾਮ ਕੀ ਕਹਿ ਰਿਹਾ ਸਟੇਟਮੈਂਟ ਕੀ ਕਹਿ ਰਹੀ ਹੈ ਆਪਣੇ ਕੋਲੇ ਕੁੱਲ 10 ਤਿਕੋਣਾਂ ਨੇ ਤੇ 10 ਤਿਕੋਣਾਂ ਨੂੰ ਦੋ ਅਲੱਗ-ਅਲੱਗ ਰੰਗਾਂ ਚ ਵੰਡਿਆ ਗਿਆ ਤੇ ਇਹਦਾ ਮਤਲਬ ਅਗਰ ਮੈਂ ਨੀਲੇ ਰੰਗ ਦੀ ਗੱਲ ਕਰਾਂ ਤਾਂ ਨੀਲੇ ਰੰਗ ਦੇ ਕਿੰਨੇ ਤਿਕੋਣਾਂ ਨੇ ਆਪਣੇ ਕੋਲੇ 5 ਤਾਂ ਫਿਰ ਨੀਲੇ ਰੰਗ ਦੇ ਕੱਪੜੇ ਦਾ ਖੇਤਰਫਲ ਕਿੰਨਾ ਹੋ ਗਿਆ ਇੱਕ ਤਿਕੋਣ ਦਾ 200 ਵਰਗਮੂਲ 6 ਆਪਣੇ ਕੋਲ ਕਿੰਨੀਆਂ ਨੇ 5 ਕਿਉਂਕਿ ਆਪਾਂ ਨੂੰ ਪਤਾ ਹੈ ਅੰਡਰ ਰੂਟ ਵਾਲੇ ਤੇ ਅੰਡਰ ਰੂਟ ਨਾਲ গুণ ਨਹੀਂ ਹੁੰਦੀ ਤਾਂ ਇਹਦੀ ਹੁੰਦੀ ਨਹੀਂ 200 ਦੀ 5 ਨਾਲ ਕਰਤੀ 1000 ਅੰਡਰ ਰੂਟ 6 ਵਰਗ ਸੈਂਟੀਮੀਟਰ ਹੁਣ ਨੀਲੇ ਰੰਗ ਦੀਆਂ ਵੀ 5 ਨੇ ਤੇ ਲਾਲ ਰੰਗ ਦੀਆਂ ਵੀ ਕਿੰਨੀਆਂ ਹੋ ਗਈਆਂ ਫਿਰ 5 ਹੋ ਗਈਆਂ ਤੇ ਲਾਲ ਰੰਗ ਦੇ ਕੱਪੜੇ ਦਾ ਖੇਤਰਫਲ ਕਿੰਨਾ ਹੋ ਗਿਆ ਫਿਰ ਜਿੰਨਾ ਆਪਣੇ ਕੋਲੇ ਨੀਲੇ ਰੰਗ ਦੇ ਕਪੜੇ ਦਾ ਖੇਤਰਫਲ ਤਾਂ ਇਹ ਹੋ ਗਿਆ ਆਪਣਾ ਇਹ ਕੁਸ਼ਨ